ਸਵਾਲ ਕਰਦੇ ਆ ਜਦੋਂ ਸਾਡੇ ਕੋਈ ਵੀ ਪਿੰਡ ਚ ਲੀਡਰ ਆਉਂਦੇ ਕੋਈ ਸੁੱਖਾ ਨਹੀਂ ਜਾਂਦਾ ਤੱਕ ਦੇ ਅਸਲ ਤਾਂ ਵੱਡਦਾ ਹੀ ਨਹੀਂ ਜੇ ਕਿਸੇ ਮੰਤਰੀ ਨੂੰ ਭੇਜ ਲੈ ਉਹ ਪਹਿਲਾਂ ਇੱਥੇ ਫੋਰਸ ਭੇਜ ਦੇਣ ਤਕਰੀਬਨ 70 80% ਇੱਥੇ ਲੋਕਾਂ ਨੂੰ ਪੀੜਿਆਗਾ ਜਦੋਂ ਆਪਾਂ ਮੋਦੀ ਨੂੰ ਝਗਾ ਸਕਦੇ ਆ ਇਹ ਇੱਥੇ ਪੰਜਾਬ ਸਰਕਾਰ ਦਾ ਗੱਲੀ ਕੁਛ ਨਹੀਂ ਇਹਦਾ ਝਗਾ ਦੇਗੇ ਆ ਕੰਪਨੀ ਤੋਂ ਅਸੀਂ ਜ਼ਮੀਨਾਂ ਖੋਹਣੀਆਂ ਨੇ ਜਿਹੜੀ ਕਿ ਸਾਡੇ ਪਿੰਡ ਦੀ ਇੱਕ ਬਹੁਤ ਹੀ ਵੱਡੀ ਜਿਹੜੀ ਸਮੱਸਿਆ ਹੈਗੀ ਪਾਣੀ ਦੀ ਸਮੱਸਿਆ ਪਾਣੀ ਦੀ ਨਿਕਾਸੀ ਦੀ ਸਮੱਸਿਆ ਜਿਹੜੀ ਹੈਗੀ ਆ ਉਹ ਬਹੁਤ ਵੱਡੀ ਹੈ ਜਦੋਂ ਦਾ ਕਿ ਥਰਮਲ ਪਲਾਂਟ ਆਇਆਗਾ ਕੰਪਨੀਆ ਨੇ ਜ਼ਮੀਨ ਅਕਵਾਇਰ ਕੀਤੀ ਆ 2011 ਦੇ ਵਿੱਚ ਉਸ ਤੋਂ ਬਾਅਦ ਜਿਹੜਾ ਕਿ ਸਾਡੇ ਪਾਣੀ ਦਾ ਜਿਹੜਾ ਨਿਕਾਸ ਸੀਗਾ ਉਹ ਇੱਧਰ ਪਿਛਲੇ ਪਾਸੇ ਤੁਸੀਂ ਦੇਖ ਰਹੇ ਹੋ ਕਿ ਨਾਲਾਗਾ ਇਹ ਨਾਲੇ ਦੇ ਵਿੱਚ ਪੈਂਦਾ ਸੀਗਾ ਡਰੇਨ ਚ ਥਰਮਲ ਦੇ ਵਿੱਚ ਨਾਲਾ ਆਇਆ ਜ਼ਮੀਨ ਅਕਵਾਇਰ ਕੀਤੀ ਆ ਇਹਦੇ ਵਿੱਚ ਪਾਣੀ ਪੈਂਦਾ ਸੀਗਾ ਹੁਣ ਵੀ ਜਿਹੜੀ ਕਿ ਕੰਪਨੀ ਨੇ ਜ਼ਮੀਨ ਤਾਂ ਅਕਵਾਇਰ ਕਰ ਲਈ ਚੈੱਕ ਵੀ ਚੱਕ ਲਏ ਲੋਕਾਂ ਨੇ ਤੇ ਉਸ ਤੋਂ ਬਾਅਦ ਜਿਹੜੇ ਸਾਡੇ ਪਾਣੀ ਦੀ ਸਮੱਸਿਆ ਹੈਗੀ ਇਹ ਇੱਕ ਨਿੱਜੀ ਜ਼ਮੀਨ ਦੇ ਵਿੱਚ ਦੀ ਪਾਣੀ ਜਾ ਰਿਹਾ ਇਹ ਇਲੈਗਲੀ ਹੈ ਇਹ ਨਿੱਜੀ ਜ਼ਮੀਨ ਦੇ ਵਿੱਚ ਪਾਣੀ ਜਾ ਰਿਹਾ ਇਹ ਇੱਕ ਭਾਈਵੰਦੀ ਤੌਰ ਤੇ ਜਿਹਦੀ ਵੀ ਜ਼ਮੀਨ ਹੈ ਉਹਨੇ ਆਪਣੀ ਜ਼ਮੀਨ ਵੇਚਦੀ ਇਹ ਪਾਣੀ ਆਪਣੇ ਅੱਗੇ ਲੰਘਦਾ ਕੀਤਾ ਹੋਇਆਗਾ ਪਰ ਕੰਪਨੀ ਨੇ ਅਜੇ ਤੱਕ ਸਾਡੇ ਪਾਣੀ ਦੀ ਮਤਲਬ ਵੀ ਪਿੰਡ ਦੀ ਇਹ ਸਮੱਸਿਆ ਜਿਹੜੀ ਅਜੇ ਤੱਕ ਨਹੀਂ ਕੀਤੀ ਆਪਾਂ ਦੇਖਦੇ ਆਂ ਸਰਕਾਰਾਂ ਤੋਂ ਸਰਕਾਰਾਂ ਹਰ ਵਾਰ ਬੋਲ ਰਹੀਆਂ ਨੇਗੀਆਂ ਅਸੀਂ ਨੇ ਪਿੰਡਾਂ ਦੇ ਪਾਣੀ ਦਾ ਨਿਕਾਸ ਕੀਤਾ ਹੋਇਆ ਨਿਕਾਸ ਕੀਤਾ ਹੋਇਆ ਪਰ ਸਾਡੇ ਜਿਹੜਾ ਗਵਿੰਦਪੁਰਾ ਪਿੰਡ ਹੈ ਇੱਥੇ ਕੋਈ ਪਾਣੀ ਦਾ ਨਿਕਾਸ ਨਹੀਂ ਹੈਗਾ ਜਿਹੜੀ ਕਿ ਪਿੰਡ ਦੇ ਚਾਰੇ ਚਾਰੇ ਪਾਸੇ ਦੇਖੇ ਤਾਂ ਇੱਕ ਬਹੁਤ ਹੀ ਵੱਡੀ ਗੰਦਗੀ ਜਿਹੜੀ ਉਹ ਫੈਲੀ ਹੋਈ ਆ ਜਿੱਥੋਂ ਕੀ ਬਿਮਾਰੀਆਂ ਨੇ ਜਿਹੜੀਆਂ ਅੱਜ ਕੱਲ ਬਹੁਤ ਜ਼ਿਆਦਾ ਫੈਲ ਰਹੀਆਂ ਨੇਗੀਆਂ ਜੇ ਅਸੀਂ ਥੋੜਾ ਜਿਹਾ ਚੇਤੇ ਕਰਾਉਣਾ ਚਾਹਣਾ ਜਿਹੜੀ ਪੀਲੀਏ ਦੀ ਸਮੱਸਿਆ ਸਾਡੇ ਬਹੁਤ ਹੀ ਜ਼ਿਆਦੇ ਆ ਤਕਰੀਬਨ 70-80% ਇੱਥੇ ਲੋਕਾਂ ਨੂੰ ਪੀਲੀਆ ਗਾ ਜਿਹੜੀਆਂ ਕਿ ਇਹ ਪਾਣੀ ਦੀ ਨਿਕਾਸੀ ਕਰਕੇ ਹੋ ਰਿਹਾ ਹੈਗਾ ਕੋਈ ਗੌਰ ਨਹੀਂ ਫਰਮਾਈ ਜੀ ਦੋ ਤਿੰਨ ਵਾਰੀ ਅਸੀਂ ਨੇ ਪਹਿਲਾਂ ਵੀ ਖਾਬਰ ਲਵਾ ਚੁੱਕੇ ਆ ਪਾਣੀ ਦੀ ਨਿਕਾਸੀ ਵਾਸਤੇ ਤੇ ਕਾਂਗਰਸ ਸਰਕਾਰ ਨੇ ਕੰਨੀ ਕੋਈ ਜੂ ਨਹੀਂ ਸਰਕੇ ਅਜੇ ਤੱਕ ਕੰਪਨੀ ਨੂੰ ਇਹੀ ਕਹਿਣਾ ਚਾਹੁੰਦੇ ਅਸੀਂ ਤਾਂ ਵੀ ਜਿਹੜੀ ਇਹ ਨਿਕਾਸੀ ਆ ਤਾਂ ਇਹਦਾ ਪ੍ਰਬੰਧ ਕੀਤਾ ਜਾਵੇ ਜਲਦੀ ਤੋਂ ਜਲਦੀ 11 ਸਾਲ ਹੋ ਚੁੱਕੇ ਨੇ ਪਰ ਅਜੇ ਤੱਕ ਕੋਈ ਪ੍ਰਬੰਧ ਨਹੀਂ ਕੀਤਾ ਤੇ ਨਾ ਹੀ ਸਰਕਾਰਾਂ ਨੇ ਕੀਤਾ ਕੋਈ ਪ੍ਰਬੰਧ ਇਹ ਜਿਹੜੀ ਸਾਡੀ ਜ਼ਮੀਨ 2010 ਦੇ ਵਿੱਚ ਅਕਵਾਇਰਮੈਂਟ ਕੀਤੀ ਗਈ ਸੀ ਸਰਕਾਰ ਆ ਕਿ ਨਹੀਂ ਉਹ ਉਦੋਂ ਕਾਲੀਆਂ ਦੀ ਸਰਕਾਰ ਸੀ ਉਸ ਮੌਕੇ ਤੇ ਜਦੋਂ ਸਾਡੇ ਲਗਾਤਾਰ 14 ਮਹੀਨੇ ਸੰਘਰਸ਼ ਚੱਲਿਆ ਇਸ ਜ਼ਮੀਨ ਦੇ ਉੱਤੇ ਜਿਹੜੇ ਸਾਡੇ ਕਿਸਾਨ ਚੱਕ ਚੱਕ ਨਹੀਂ ਚਾਹੁੰਦੇ ਤੇ ਸਾਡੇ ਮਜ਼ਦੂਰਾਂ ਦਾ ਵੱਡਾ ਜਾੜਾ ਹੁੰਦਾ ਸੀ ਉਦੋਂ ਇੱਥੇ ਅਸੀਂ ਲੜਾਈ ਕਰੀ ਅਸੀਂ 14 ਮਹੀਨੇ ਲੜਿਆ ਇੱਥੇ ਤਿੰਨ ਜਾਨਾਂ ਵੀ ਲੱਗੀਆਂ ਨੇ ਕਿ ਸਰਜੀਤ ਸਿੰਘ ਅਹਿਮਦੀ ਉਹ ਵੀ ਸ਼ਹੀਦ ਹੋਏ ਨੇ ਉਸ ਮੌਕੇ ਬਾਦਲ ਸਰਕਾਰ ਨੇ ਮੰਨਿਆ ਸੀ ਸਾਰਾ ਕੁਝ ਵੀ ਕਿਸਾਨਾਂ ਦੀ ਜਿਹੜੀ ਜ਼ਮੀਨ ਹੈ ਚੱਕ ਨਹੀਂ ਚੱਕਦੇ ਹੈਗੇ 186 ਏਕੜ ਜ਼ਮੀਨ ਛੱਡੀ ਸੀ ਜਿਹੜੇ ਖਾਲ ਨੇ ਉਹ ਕਿਸਾਨਾਂ ਦੇ ਖਾਲ ਦੀ ਖਾਲ ਪੂਰੇ ਸਹੀ ਰਹਿਣਗੇ ਜਮਿਆ ਪਾਣੀ ਦਾ ਨਿਕਾਸ ਆ ਨਾਲਾ ਸਾਡੇ ਡਰੇਨ ਦੇ ਵਿੱਚ ਪੈਂਦਾ ਇਹ ਨਾਲਾ ਜਿਹੜਾ ਪੱਕਾ ਰਹਿਣ ਵਾਸਤੇ ਸਰਕਾਰ ਮੰਨੀ ਹੋਈ ਹੈ ਲਿਖਤੀ ਰੂਪ ਦੇ ਵਿੱਚ ਦਿੱਤਾ ਹੋਇਆ ਸਾਨੂੰ ਲਿਖ ਕੇ ਸਾਡੇ ਕੋਲ ਵੀ ਲਿਖਤੀ ਰੂਪ ਹੈ ਇੱਥੇ ਸਾਡੇ ਜਦੋਂ ਕੋਈ ਵੀ ਪੰਚਾਇਤ ਬਣਦੀ ਹੈ ਪਤਾ ਨਹੀਂ ਪੰਚਾਇਤ ਕਿਉਂ ਇਸ ਗੱਲ ਤੋਂ ਝਿਖਦੀ ਆ ਚਾਹੇ ਸਰਕਾਰਾਂ ਤੋਂ ਝਿਖਦੀ ਆ ਪੱਖਾ ਪੱਖਵਾਜੀ ਗੱਲ ਕਰਦੇ ਨੇ ਕਾਲੀਆਂ ਵਾਲੇ ਕਾਲੀਆਂ ਦੀ ਗੱਲ ਕਰਦੇ ਰਹੇ ਕਾਂਗਰਸ ਦੀ ਸਰਕਾਰ ਆ ਗਈ ਜਦੋਂ ਹੁਣ ਕਾਂਗਰਸ ਦਾ ਸਰਪੰਚ ਹੋ ਕੇ ਓ ਭਾਈ ਪਤ ਨਹੀਂ ਸਰਕਾਰ ਦੀ ਜੇ ਇਮਾਨਦਾਰ ਰਹਾ ਇਹ ਜਿਹੜਾ ਨਾਲਾ ਬਿਲਕੁਲ ਪੱਕਾ ਹੋਣਾ ਚਾਹੀਦਾ ਕੰਪਨੀ ਵਾਲੇ ਨੇ ਇੱਥੇ ਰੋਕਿਆ ਦੀ ਪਾਣੀ ਨਿਕਲਣ ਤੋਂ ਜਦੋਂ ਜੋਟੀ ਬਣ ਗਈ ਵੱਡੀ ਲੜਾਈ ਲੜਾਂਗੇ ਜਦੋਂ ਆਪਾਂ ਮੋਦੀ ਨੂੰ ਝਗਾ ਸਕਦੇ ਆ ਇਹ ਇੱਥੇ ਪੰਜਾਬ ਸਰਕਾਰ ਦੇ ਜਾਂ ਗੱਲੀ ਕੁਛ ਨਹੀਂ ਇਹਦਾ ਝਗਾ ਦੇਗੇ ਆ ਕੰਪਨੀ ਤੋਂ ਅਸੀਂ ਜ਼ਮੀਨਾਂ ਖੋਹਣੀਆਂ ਨੇ ਇਹ ਵੱਡਾ ਮਾਲ ਡੁੱਟਿਆ ਹੋਇਆ ਜਿਹੜਾ ਇਹ ਅਸੀਂ ਰੋਜ਼ ਇਹਨਾਂ ਨੂੰ ਇਹ ਗੱਲਾਂ ਦੱਸਦੇ ਆ ਸਟੇਟਾਂ ਤੋਂ ਬੋਲਦੇ ਆ ਵੀ ਆਪਾਂ ਸਾਰਾ ਖੋਹਗੇ ਛੋਟੇ ਕਿਸਾਨਾਂ ਦੇ ਮਜ਼ਦੂਰਾਂ ਦੇ ਬੇਜਵਾਨ ਜ਼ਮੀਨਾਂ ਦੇ ਉਹਨਾਂ ਦੀ ਵੰਡਣਾ ਹੈ ਸਾਰਾ ਕੁਝ ਜਦੋਂ ਅਸੀਂ ਇਕੱਠੇ ਜੁੜਾਂਗੇ ਸਾਡੀ ਬੁੱਕਤ ਹੋਊਗੀ ਸਾਡੀ ਸਰਕਾਰ ਆ ਸਾਡੇ ਇੱਕੇ ਨਾਲ ਬਾਨੀ ਆ ਜੇ ਆਪਾਂ ਕਹੀਏ ਵੋਟਾਂ ਨਾਲ ਸਰਕਾਰ ਆ ਵੋਟਾਂ ਵਾਲੇ ਤਾਂ ਉਹ ਉਸੇ ਕੋ ਆਪਣੀਆਂ ਦੀ ਗੱਲ ਕਰਨਗੇ ਜਿਹੜੇ ਵੋਟਾਂ 'ਚ ਜਾਣਗੇ ਜਿਹੜੇ ਇਧਰ ਇੱਕੇ ਨਾਲ ਲੜਨਗੇ ਜਦੋਂ ਇੱਕੇ ਦੇ ਨਾਲ ਲੜਾਂਗੇ ਇਕੱਠੇ ਹੋਵਾਂਗੇ ਇਹ ਸਾਰਾ ਕੁਝ ਲੁੱਟਦਾ ਮਾਲ ਹੈ ਇਹ ਵਾਪਸ ਕਰਾਣ ਮ ਕਰਾਵਾਂਗੇ ਆ ਵੀ ਬਾਅਦੇ ਨਾਲ ਕਹਿੰਦਾ ਵੀ ਆਹ ਹਾ ਜਿਹੜਾ ਨਾਲਾ ਇਥੋਂ ਦੀ ਪੱਕਾ ਰਹੂਗਾ ਜਿੰਨਾ ਚੱਕ ਸਾਡੀ ਜਥੇਬੰਦੀ ਕਿ ਨਹੀਂ ਅਸੀਂ ਇਸ ਨੂੰ ਬੰਦ ਨਹੀਂ ਹੋਣ ਦੇਮ ਇਹ ਪੂਰਾ ਜੋਰ ਲਾ ਕੇ ਰੱਖਾਂਗੇ ਮੇਨ ਸਮੱਸਿਆ ਹੀ ਸਾਡਾ 2011 ਦੇ ਵਿੱਚ ਬਾਦਲ ਸਰਕਾਰ ਸੀਗੀ ਇਹ ਸਾਰਾ ਤੁਸੀਂ ਦੇਖ ਹੀ ਲਿਆ 800 ਦੇ ਲਗਭਗ ਕਿਲਾ ਜਿਹੜਾ ਅਕਵਾਇਰ ਕੀਤਾ ਸੀਗਾ ਤੇ ਉਹਦੇ ਵਿੱਚੋਂ ਲੋਕਾਂ ਨੇ ਇਹ ਬੜੀ ਉਪਜਾਊ ਜ਼ਮੀਨ ਹੈ ਜਿਹੜੇ ਤੁਸੀਂ ਜੰਗਲ ਬਣ ਗਿਆ ਤੁਸੀਂ ਦੇਖ ਰਹੇ ਹੋਵੋਗੇ ਇਹਦੇ ਵਿੱਚ ਇਹ ਬਿਲਕੁਲ ਉਪਜਾਊ ਜ਼ਮੀਨ ਸੀ 166 ਏਕੜ ਦੇ ਜਿਹੜੇ ਇਹ ਨੋਟੀਫਿਕੇਸ਼ਨ ਕੀਤਾ ਸੀ ਉਹ ਲੋਕ ਨਹੀਂ ਦੇਣਾ ਚਾਹੁੰਦੇ ਸੀ ਲੋਕਾਂ ਦੇ ਸਹਿਯੋਗ ਨਾਲ ਜਥੇਬੰਦੀ ਬੀਕੇ ਜੂ ਉਗਰਾਹਾ ਨੇ ਅੱਗੇ ਲੜ ਅੱਗੇ ਹੋ ਕੇ ਇਹ ਸੰਘਰਸ਼ ਲੜਿਆ ਸੀਗਾ ਤੇ ਜਾਨ ਹੂਲ ਮੇ ਸੰਘਰਸ਼ ਤੋਂ ਬਾਅਦ ਇਹ ਜ਼ਮੀਨਾਂ ਜਿਹੜੀਆਂ ਬਚਾ ਲਈਆਂ ਗਈਆਂ ਸੀ ਉਹ ਜ਼ਮੀਨਾਂ ਬਚਾਉਣ ਤੋਂ ਬਾਅਦ ਜਿਹੜੀ ਇਹ ਕੰਪਨੀ ਐ ਜਿਨੇ ਇਹ ਜ਼ਮੀਨ ਅਕਵਾਇਰ ਕੀਤੀ ਐ ਸਰਕਾਰ ਨੇ ਲੈ ਕੇ ਦਿੱਤੀ ਐ ਇਹਨਾਂ ਨੇ ਬੜੀਆਂ ਕੋਝੀਆਂ ਚਾਲਾਂ ਚੱਲੀਆਂ ਚੱਲੀਆਂ ਨੇ ਜਿਵੇਂ ਕਿ ਸਾਡੇ ਇਧਰ ਕਿਤੇ ਆ ਸੂਰਸਰ ਹੈ ਨਹੀਂ ਸੀਗੇ ਇਹਨਾਂ ਨੇ ਆਪਣੇ ਆਪ ਇਹ ਇੱਥੇ ਲਿਆ ਕੇ ਛੱਡੇ ਨੇ ਜਿਦੇ ਕਾਰਨ ਸਾਡਾ ਤੁਸੀਂ ਦੇਖਦੇ ਹੋਵੋਗੇ ਤਾਰਾਂ ਲਾ ਕੇ ਅਸੀਂ ਬੜਾ ਬਹੁਤ ਔਖਾ ਦਿਨ ਰਾਤ ਇੱਥੇ ਰਹਿ ਕੇ ਅਸੀਂ ਆਪਣੀ ਫਸਲ ਦੀ ਰਾਖੀ ਕਰਦੇ ਆਂ ਹਾਲਾਂਕਿ ਇਹ ਜਿਹੜੀ ਬਣਦੀ ਐ ਇਹ ਕੰਪਨੀ ਦੀ ਜ਼ਿੰਮੇਵਾਰੀ ਬਣਦੀ ਹੈ ਵੀ ਜੋ ਵੀ ਬਾਰਾ ਜਾਨਵਰ ਨੇ ਉਹ ਸਾਡੇ ਖੇਤਾਂ 'ਚ ਨਾ ਆਉਣ। ਇਹ ਸਾਡੀ ਮੇਨ ਸਮੱਸਿਆ ਜੀ। ਬਾਕੀ ਸਾਡਾ ਜਿਹੜਾ ਵਾਹਣਾ ਕੁਝ ਕੰਪਨੀ ਦੇ ਨਾਂ ਹੀ ਪਿਆ ਹਲੇ ਵੀ। ਤੇ ਕਿੰਨੇ ਏਕੜ ਜ਼ਮੀਨ ਸੀ ਜਿਹੜੀ ਐਕਵਾਇਰ ਨਹੀਂ ਹੋਣ ਦਿੱਤੀ। ਇਹ ਹੈਗੀ ਸੀ ਜੀ 160 ਕਿੱਲੇ। ਜਿਹਦੇ 'ਚੋਂ ਲਗਭਗ 70 ਕਿੱਲੇ ਡੀ ਨੋਟੀਫਾਈ ਹੋ ਚੁੱਕੇ ਨੇ। ਲੋਕਾਂ ਦੇ ਕਿਸਾਨਾਂ ਦੇ ਨਾਂ ਦੁਬਾਰਾ ਹੋ ਚੁੱਕੇ ਨੇ। ਕੁਝ ਕ ਹਲੇ ਵੀ ਜਿਹੜੀ ਕੰਪਨੀ ਦੇ ਨਾਂ ਪਈ ਹੈ। ਇਸੇ ਦੌਰਾਨ ਜਿਹੜੀਆਂ ਸਮੱਸਿਆਵਾਂ ਨੇ ਸਾਡੇ 221 ਪਰਿਵਾਰਾਂ ਦੀ ਲਿਸਟ ਭੇਜੀ ਸੀ ਉਸ ਟਾਈਮ ਤੇ 3-3 ਲੱਖ ਦੀ ਮਜ਼ਦੂਰਾਂ ਦੀ ਉਹਦੇ ਚ 88 ਪਰਿਵਾਰ ਚੈੱਕਾਂ 'ਲੇ ਰਹਿੰਦੇ ਨੇ ਕੁਝ ਪਰਿਵਾਰ ਨੌਕਰੀਆਂ 'ਲੇ ਰਹਿੰਦੇ ਨੇ ਕਈ ਬਾਹਰਲੇ ਲੋਕ ਸਾਡੇ ਪਿੰਡ ਨਾਲੋਂ ਵੱਧ ਨੌਕਰੀਆਂ ਲੈ ਗਏ ਤੇ ਸਾਡੇ ਪਿੰਡ ਦੇ ਜਿਹੜੇ ਨੌਜਵਾਨ ਹੈ ਹਲੇ ਕੋਈ ਕੋਟਾ 'ਚ ਧੱਕੇ ਖਾਈ ਜਾਂਦਾ ਆਪ ਦਾ ਬਾਣ ਦੇ ਕੇ ਵੀ ਜਿਹੜੇ ਉਹ ਨੌਕਰੀਆਂ ਹਲੇ ਤੱਕ ਨਹੀਂ ਲੈ ਸਕੇ ਜਿਹੜੇ ਕਿਸਾਨਾਂ ਨੇ ਜ਼ਮੀਨਾਂ ਦੇਤੀਆਂ ਉਹਨਾਂ ਨੂੰ ਉਹਨਾਂ ਦਾ ਬਣਦਾ ਹੱਕ ਮਿਲ ਗਿਆ ਜਿਹੜੀ ਆਲੇ ਦੁਆਲੇ ਅਸੀਂ ਦੇਖ ਰਹੇ ਹਾਂ ਕੋਈ ਕੰਪਨੀ ਵੱਲੋਂ ਜੋ ਕਿਸੇ ਤਰ੍ਹਾਂ ਦੀ ਕੋਈ ਚਾਰਦਿਵਾਰੀ ਨਹੀਂ ਕੀਤੀ ਗਈ ਤੁਹਾਡੀ ਮੁੱਖ ਮੰਗ ਕੀ ਹੈ ਜੇ ਤੁਸੀਂ ਇਸ ਮਸਲੇ ਵਿੱਚ ਹੁਣ ਤੱਕ ਕਿਸੇ ਨੂੰ ਮਿਲੇ ਹੋ ਹਾਂਜੀ ਅਸੀਂ ਐਸਡੀਐਮ ਸਾਹਿਬ ਨੂੰ ਲਿਖਤੀ ਦੇ ਕੇ ਆਇਆ ਵੀ ਸਾਡਾ ਜਿਹੜਾ ਇਹ ਬਹੁਤ ਵੱਡਾ ਉਜਾੜਾ ਹੋ ਰਿਹਾ ਹੈ ਆਪ ਦਾ ਜਿਹੜਾ ਵਾਰਾ ਪਸ਼ੂ ਨੇ ਜਾਂ ਕੰਪਨੀ ਇਹਦੀ ਕੋਈ ਕੰਦ ਕਰੇ ਠੀਕ ਹੈ ਵੀ ਸਾਡੇ ਖੇਤਾਂ 'ਚ ਜਿਹੜੀ ਉਹ ਮਾਰ ਨਾ ਪਵੇ ਕਿਉਂਕਿ ਅਸੀਂ ਬਿਲਕੁਲ ਇਹਦੇ ਬਚਾਲੇ ਆ ਥਰਮਲ ਦੇ ਤਾਂ ਕਰਕੇ ਸਾਰੇ ਪਾਸਿਓਂ ਸਾਨੂੰ ਬਾਕੀ ਪਿੰਡਾਂ ਨਾਲੋਂ ਜ਼ਿਆਦਾ ਪਿੰਡ ਨੁਕਸਾਨ ਸਾਡੇ ਪਿੰਡ ਦਾ ਹੁੰਦਾ ਇਸ ਇਸ ਮਾਮਲੇ ਦੇ ਵਿੱਚ ਇਹ ਅਸੀਂ ਐਸਡੀਐਮ ਸਾਹਿਬ ਨੂੰ ਮਿਲ ਕੇ ਵੀ ਆਇਆ ਬਕਾਇਦਾ ਪ੍ਰਧਾਨ ਜੀ ਵੀ ਗਏ ਸੀ ਨਾਲ ਉਹਨਾਂ ਨੇ ਸਾਨੂੰ ਵਿਸ਼ਵਾਸ ਵੀ ਦਿਵਾਇਆ ਸੀ ਵੀ ਇਹ ਥੋੜੀ ਮੰਗ ਹੈ ਜਿਹੜੀ ਜਾਇਜ਼ ਹੈ ਅਸੀਂ ਇਹ ਜਵਾਨੀ ਕਲਾਮੀ ਇਹ ਵੀ ਦੱਸ ਕੇ ਆਏ ਵੀ ਜਿਹੜਾ ਇਹ ਥਰਮਲ ਹੈ ਇੱਥੇ ਜੰਗਲ ਬਣ ਚੁੱਕਿਆ ਹੈ ਨਸ਼ੇ ਦੇ ਅੱਡੇ ਹੋਰ ਬਹੁਤ ਤਰ੍ਹਾਂ ਦੀਆਂ ਚੋਰੀਆਂ ਚਕਾਰੀਆਂ ਦੇ ਜਿਹੜੇ ਇੱਥੇ ਚਾਂਸ ਬਣਦੇ ਜਾ ਰਹੇ ਨੇ ਵੀ ਇਹਦੀ ਤੁਸੀਂ ਜਾਂ ਸਫਾਈ ਕਰੋ ਜਾਂ ਆਪ ਦਾ ਕੋਈ ਚਾਰਦੁਬਾਰੀ ਕਰੋ ਤੇ ਐਸਡੀਐਮ ਸਾਹਿਬ ਨੇ ਵਿਸ਼ਵਾਸ ਦਿਵਾਇਆ ਸੀ ਵੀ ਅਸੀਂ ਇਹਦੀ ਸਫਾਈ ਵੀ ਕਰਾਵਾਂਗੇ ਤੁਹਾਡੀ ਮੰਗ ਹੈ ਜਿਹੜੀ ਬੜੀ ਜਾਇਜ਼ ਹੈ ਪਰ ਉਸ ਤੇ ਅਮਲ ਕੋਈ ਨਹੀਂ ਹੋਇਆ ਹਾਂਜੀ ਆਪਣਾ ਕੀ ਨਾਮ ਹੈ ਮੇਜਰ ਸਿੰਘ ਮੇਜਰ ਸਿੰਘ ਜੀ ਰਜਿੰਦਰ ਸਿੰਘ ਦੱਸਿਆ ਕਿ ਬਹੁਤ ਸਾਰੀ ਜਿਹੜੀ ਜ਼ਮੀਨ ਬਚ ਗਈ ਸੀ ਉਸ ਸਮੇਂ ਐਕਵਾਇਰ ਹੋਣ ਤੋਂ ਇੱਕ ਤਾਂ ਉਹ ਜਾੜਾ ਵੈਸੇ ਹੋ ਗਿਆ ਦੂਸਰਾ ਜਾੜਾ ਜਿਹੜਾ ਪਸ਼ੂ ਕਰ ਰਹੇ ਨੇਗੇ ਕੀ ਕਹਿਣਾ ਚਾਹੋਗੇ ਅਸੀਂ ਇਸ ਗੱਲ ਤੇ ਦੋ ਤਿੰਨ ਵਾਰੀ ਮਿਲਿਆ ਰਜਿੰਦਰ ਸਿੰਘ ਨੇ ਦੱਸਿਆ ਇਸ ਨਿਊਜ਼ਮੈਨ ਨੂੰ ਮਿਲ ਕੇ ਆਇਆ ਕਲੂਰਾਮ ਕੌਂਸਲਰਸ ਨੂੰ ਉਹ ਗੱਲ ਕਹਿ ਕੇ ਆਏ ਸੀ ਵੀ ਇਹਦੇ ਜ਼ਿੰਮੇਵਾਰ ਤੁਸੀਂ ਹੋਵੋਗੇ ਇਹਦੀ ਸਫਾਈ ਹੋਣੀ ਚਾਹੀਦੀ ਹੈ ਪਹਿਲੀ ਗੱਲ ਸਾਨੂੰ ਉਹਨਾਂ ਨੇ ਵਾਅਦਾ ਕਰਿਆ ਜੀ 15 ਦਿਨਾਂ ਦੇ ਵਿੱਚ ਸਬਾਈ ਹੋ ਜੂਗੀ ਹਜੇ ਤੱਕ ਕੋਈ ਸਾਫ ਨਹੀਂ ਕਰਿਆ ਗਿਆ ਕੋਈ ਦਰਖਤ ਨਹੀਂ ਪੱਟਿਆ ਗਿਆ ਇਹ ਬਹੁਤ ਵੱਡਾ ਐਸੀ ਇਹ ਕਹਿੰਦੇ ਆ ਵੀ ਸਰਕਾਰ ਨਾ ਕੰਪਨੀ ਨੇ ਜਿਹੜੀ ਨੇ ਇਹ ਜ਼ਮੀਨ ਲਈ ਹੈ ਇਹਦੇ ਬਾਗਲਾ ਮਾਰ ਕੇ ਆਪਣੀ ਕੰਦ ਕੱਢਣਾ ਇਹ ਨੂੰ ਸਾਡਾ ਜਿਹੜਾ ਜਾੜਾ ਬੰਦ ਕਰਨ ਸਾਡਾ ਵੱਡਾ ਨੁਕਸਾਨ ਆ ਇਹਦੇ ਵਿੱਚ ਕਿਸਾਨਾਂ ਦਾ ਹੁੰਦਾ ਹੈ ਅੱਛਾ ਇੱਥੇ ਬਹੁਤ ਚੋ ਚੱਪੇ ਚੋਰੀਆਂ ਹੋਣ ਗਿਆ ਜਾਂਦੇ ਰਾਹ ਵਗਦੇ ਨੇ ਵੱਡਾ ਨੁਕਸਾਨ ਹੋਣਾ ਹੈ ਕਣਕਾਂ ਦਾ ਹੁੰਦਾ ਹੈ ਜੀਰੀਆਂ ਦਾ ਹੁੰਦਾ ਹੈ ਬਹੁਤ ਕਿਸਾਨਾਂ ਦੀ ਸਾਡੇ ਜੀਰੀਆਂ ਜਿਹੜਾ ਕਿੱਲਾ ਕਿੱਲਾ ਬਾਹਰ ਲਿਆ ਗਾਈਆਂ ਨੇ ਖਾ ਗਈਆਂ ਇਥੇ ਲੜਾਈਆਂ ਦਾ ਵੀ ਖਤਰਾ ਹੈ ਚਾਰ ਸਵੇਰੇ ਪਿੰਡ ਲੱਗਦੇ ਨੇ ਰਾਤ ਨੂੰ ਇੱਕ ਦੂਜੇ ਦੇਖ ਨਹੀਂ ਜਦੋਂ ਗਾਈਆਂ 12 ਪਸ਼ੂ ਜਾਂਦੇ ਨੇ ਸਾਡੇ ਕਿਸਾਨਾਂ ਦਾ ਲੜਨ ਦਾ ਬਹੁਤ ਖਤਰਾ ਪਿਛਲੀ ਵਾਰੀ ਪਿਛਲੇ ਸਾਲ ਇੱਕ ਬੱਚਤ ਰਹਿ ਗਈ ਗੋਲੀ ਚਲਦੀ ਚਲਦੀ ਰਹਿ ਗਈ ਵੱਡਾ ਨੁਕਸਾਨ ਹੋਣਾ ਦੀ ਲੋਕਾਂ ਦਾ ਇੱਥੇ ਇਹ ਹੋ ਵੀ ਸਕਦਾ ਕਿਤੇ ਇਹਦੀ ਜ਼ਿੰਮੇਵਾਰ ਕੰਪਨੀ ਹੈ ਜਾਂ ਸਰਕਾਰ ਹੈ ਜੇ ਇਹ ਜਨ ਨੁਕਸਾਨ ਹੋਊਗਾ ਇਸ ਮਸਲੇ ਨੂੰ ਲੈ ਕੇ ਕਿਸੇ ਐਮਐਲਏ ਨੂੰ ਕਿਸੇ ਐਮਪੀ ਨੂੰ ਕਿਸੇ ਜੋ ਹੋਰ ਵੱਡੇ ਅਧਿਕਾਰੀ ਨੂੰ ਤੁਸੀਂ ਜਥੇਬੰਦਕ ਤੌਰ ਤੇ ਜਾਂ ਪਿੰਡ ਪਦਰ ਦੇ ਉੱਤੇ ਜਿਨ੍ਹਾਂ ਦੀ ਜਿਨ੍ਹਾਂ ਲੋਕਾਂ ਦੀ ਸਮੱਸਿਆ ਹੈ ਤੁਸੀਂ ਮਿਲਿਓ ਅਸੀਂ ਤਾਂ ਮੌਕੇ ਦੀ ਸਰਕਾਰ ਹੈ ਕਾਂਗਰਸ ਦੀ ਸਰਕਾਰ ਹੈ ਕੈਪਟਨ ਸਾਹਿਬ ਸਾਡੇ ਗੁਰਦੁਆਰੇ ਦੇ ਵਿੱਚ ਆ ਕੇ ਗਏ ਸੀ ਸੌਂ ਖਾ ਕੇ ਗਿਆ ਸੀ ਵੀ ਕਿਸਾਨਾਂ ਦੀ ਜ਼ਮੀਨ ਮੈਂ ਵਾਪਸ ਕਰ ਦੂੰਗਾ ਪਰ ਹਜੇ ਤੱਕ ਕੋਈ ਵਾਦਾ ਨਹੀਂ ਕਿੰਨੇ ਵਾਦੇ ਕਰੇ ਨੇ ਸਰਕਾਰ ਨੇ ਕਿਸਾਨਾਂ ਦਾ ਕਰਜ਼ਾ ਖਤਮ ਕਰ ਦਾਂਗੇ ਕਿਸਾਨਾਂ ਨੂੰ ਰਜਗਾਰ ਰਜਗਾਰ ਦੇਵਾਂਗੇ ਨੌਜਵਾਨਾਂ ਨੂੰ ਕੋਈ ਰਜਗਾਰ ਨਹੀਂ ਦਿੱਤਾ ਕੋਈ ਕਰਜ਼ਾ ਆਪ ਨਹੀਂ ਹੋਇਆ ਆ ਨਰਮੇ ਦੀ ਸਾਡੀ ਕਿੱਡੀ ਵੱਡੀ ਮਾਰ ਹੋਈ ਹੈ ਕਹਿੰਦੇ 17000 ਏਕੜ ਦੇ ਹਿਸਾਬ ਨਾਲ ਦੇਵਾਂਗੇ ਡੀਸੀ ਦੇ ਖਾਤਿਆਂ 'ਚ ਪੈਸੇ ਆਏ ਪਏ ਨੇ ਕਿੱਦੀ ਦੇ ਅਜੇ ਕਿਸੇ ਨੂੰ ਖਾਤੇ 'ਚ ਕਿਸੇ ਦੇ ਢੇਲਾ ਨਹੀਂ ਪਾਇਆ ਉਹਦਾ ਬਾਦੀ ਵਾਦਨੇ ਕਾਂਗਰਸ ਸਰਕਾਰ ਦੇ ਗੁਰਦੁਆਰੇ ਦੇ ਸਾਡੇ ਦੋ ਪਾਸਾ ਹੀ ਆਈ ਨੇ ਗੁਰਦੁਆਰੇ ਦੇ ਵਿੱਚ ਰੋਟੀ ਖਾ ਕੇ ਲੰਗਰ ਸਾਕ ਕੇ ਚਾਹ ਪਾਣੀ ਪੀ ਕੇ ਕਹਿ ਕੇ ਗਿਆ ਦੀ ਕਿਸਾਨਾਂ ਨੂੰ ਵੀ ਜ਼ਮੀਨ ਤੁਹਾਡੀ ਸਾਰੇ ਵਾਪਸ ਕਰਾਂਗੇ ਕੋਈ ਵਾਪਸ ਨਹੀਂ ਕਰੀ ਪੰਜ ਸਾਲ ਲੰਘ ਗਏ ਅਸੀਂ ਤੇਨੇ ਦੇ ਭਰੋਸੇ ਨਹੀਂ ਕਰਦੇ ਨਾ ਕਿਸੇ ਐਮਐਲਏ ਦੇ ਕੀ ਨਾ ਕਿਸੇ ਸਰਕਾਰ ਤੇ ਕਰੀਏ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿਣਗੀਆਂ ਇਹਨਾਂ ਨੇ ਕੁਝ ਨਹੀਂ ਕਰਨਾ ਅਸੀਂ ਤਾਂ ਜਸੇਵੰਦੀ ਨਾਲ ਜੁੜੇ ਹੋਏ ਹਾਂ ਗ੍ਰਾਹਾ ਬੀਕੇ ਜੂ ਨਾਲ ਸਾਨੂੰ ਤਾਂ ਇਹ ਹੈਗਾ ਵੀ ਅਸੀਂ ਜਦੋਂ ਇਕੱਠੇ ਹੋਗੇ ਵੱਡਾ ਜੋੜ ਬਣ ਗਿਆ ਜਿਵੇਂ ਹੁਣ ਦਿੱਲੀ ਦੇ ਵਿੱਚ ਮੋਰਚਾ ਜਿੱਤ ਕੇ ਆਏ ਆ ਸਾਰੀਆਂ ਜਥੇਬੰਦੀਆਂ ਲੜੀਆਂ ਦੇ ਇਕੱਠੀਆਂ ਜਿਹਾ ਉਥੇ ਸੋਡੀ ਪੁੱਗੀ ਕਿਸਾਨਾਂ ਦੀ ਮਜ਼ਦੂਰਾਂ ਦੀ ਨੌਜਵਾਨਾਂ ਦੀ ਜਿਹੜੇ ਸਾਡੇ ਨੌਜਵਾਨਾਂ ਨੂੰ ਇਹ ਕਹਿੰਦੇ ਹੁੰਦੇ ਦੀ ਵੀ ਤਾਂ ਨਸ਼ਿਆਂ ਦੇ ਆਦੀ ਹੋਗੇ ਉਹ ਨੌਜਵਾਨ ਵੱਡੀ ਗਿਣਤੀ ਦੇ ਵਿੱਚ ਗਏ ਨੇ ਉਹ ਉਹ ਨੌਜਵਾਨ ਸਾਰੇ ਜਿੱਤ ਕੇ ਆਏ ਨੇ ਅੱਜ ਸਾਡੀ ਜਥੇਬੰਦੀ ਦੇ ਵਿੱਚ ਕਿੰਨੇ ਨੌਜਵਾਨ ਨੌਜਵਾਨ ਮੁੰਡੇ ਨੇ ਜਿਹੜੇ ਪੂਰੇ ਆ ਕੇ ਆਗੂ ਬਣ ਗਏ ਜਥੇਬੰਦੀ ਦੀ ਸਾਰੀ ਡੋਰ ਸੰਭਾਲੀ ਹੋਈ ਹੈ ਅਸੀਂ ਤਾਂ ਉਹ ਟੇਕ ਰੱਖੀ ਹੋਈ ਹੈ ਜਥੇਬੰਦੀ ਦਾ ਇਕਾ ਹੋ ਗਿਆ ਜਿਵੇਂ ਟੂਲਪਲਜ ਰੋਕ ਕੇ ਰੱਖੇ ਨੇ ਆਲ ਲੈਂਸਪਾ ਪਰੋ ਕੀ ਰੱਖੇ ਨੇ ਐਸੇ ਲੋਡ ਜਦੋਂ ਵੱਡਾ ਇਕਾ ਹੋ ਗਿਆ ਕਿਸਾਨਾਂ ਤੇ ਮਜ਼ਦੂਰਾਂ ਦਾ ਵੱਡਾ ਜੁੜ ਗਏ ਆ ਜਮੀਨਾਂ ਨੂੰ ਵੀ ਹੱਥ ਪਾਵਾਂਗੇ ਬਾਦਲ ਘੇਤੋ ਵੀ ਖੋਣੀਆਂ ਨੇ ਕੈਪਟਨ ਘੇਤੋ ਵੀ ਖੋਣੀਆਂ ਨੇ ਇਹ ਵੱਡੇ ਚਾਹਤਿਆਂ ਦਾ ਜਿਹੜੀਆਂ ਜਮੀਨਾਂ ਦੱਬੀਆਂ ਹੋਈਆਂ ਨੇ ਛੋਟੇ ਕਿਸਾਨਾਂ ਤੇ ਮਜ਼ਦੂਰਾਂ ਦੇ ਵਿੱਚ ਵੰਡਣੀਆਂ ਨੇ ਇਹ ਖੋ ਕੇ ਅਸੀਂ ਐਸੇ ਲੈਂਡ ਤੇ ਲੱਗੇ ਹੋਈਆਂ ਇਕੱਠੇ ਕਰਨ ਤੇ ਲੱਗੇ ਹੋਈਆਂ ਹਜੇ ਉਹਨਾ ਇਕੱਠੇ ਹੋਏ ਨਹੀਂ ਜਿੱਡੀ ਸਾਨੂੰ ਤਾਕਤ ਚਾਹੀਦੀ ਹੈ ਸਰਕਾਰਾਂ ਦੇ ਨਾਲ ਲੜਨ ਵਾਲੀ ਤਾਕਤ ਪੂਰੀ ਜਦੋਂ ਹੋਗੀ ਉਦੋਂ ਲੜਾਂਗੇ ਇਸ ਗੱਲਾਂ ਦੇ ਖੋਹਾਂਗੇ ਵਾਪਸ ਲਵਾਾਂਗੇ ਜਿਹੜੀ ਤੁਸੀਂ ਲੜਨ ਦੀ ਗੱਲ ਕਰ ਰਹੇ ਹੋ ਇੱਕ ਜੁੱਟ ਦਾ ਦੀ ਗੱਲ ਕਰ ਰਹੇ ਹਾਂ ਅਸੀਂ ਉਸ ਅੰਦੋਲਨ ਦੇ ਵਿੱਚੋਂ ਇੱਕ ਨਾਰਾ ਵੱਡੀ ਪੱਧਰ ਲੈ ਕੇ ਆਏ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਜਿਹੜਾ ਪੂਰੀ ਦੁਨੀਆ ਵਿੱਚ ਆਇਆ ਨੌਜਵਾਨ ਪੀੜ੍ਹੀ ਸਾਡੀਆਂ ਮਾਂ ਮਾਂ ਸਾਡੀਆਂ ਭੈਣਾਂ ਸਾਡੀਆਂ ਧੀਆਂ ਸਾਡੀ ਪੂਰੀ ਦੁਨੀਆ ਦਾ ਹਰ ਵਰਗ ਇਸ ਅੰਦੋਲਨ ਦੇ ਵਿੱਚੋਂ ਹੁਣ ਅੰਦੋਲਨ ਦੇ ਵਿੱਚੋਂ ਬਾਈ ਜਥੇਬੰਦੀਆਂ ਚੋਣਾਂ ਵਿੱਚ ਉਤਰ ਗਈ ਨਹੀਂ ਸਿੱਧੇ ਤੌਰ ਤੇ ਤੁਹਾਨੂੰ ਇਸ ਇਸ ਗੱਲ ਦਾ ਕੀ ਲੱਗਦਾ ਕਿ ਸੱਤਾ 'ਚ ਆ ਜਾਣਗੇ ਉਹ ਜਾਂ ਕੀ ਲੱਗਦਾ ਕਿ ਜਥੇਬੰਦੀਆਂ ਹੋਰ ਕਮਜ਼ੋਰੀ ਵੱਲ ਵਧ ਰਹੀਆਂ ਨੇ ਉਹ ਅਸੀਂ ਜਿਹੜੇ ਚੋਣਾਂ ਦੇ ਵਿੱਚ ਉਤਰੇ ਨੇ ਉਹ 32 ਜਥੇਬੰਦੀਆਂ ਨਾਲ ਅਸੀਂ ਲੱਗ ਸੀ ਅਸੀਂ ਉਦੋਂ ਦੀ ਇੱਥੇ ਪੰਜਾਬ ਦੇ ਵਿੱਚ ਜਦੋਂ ਮੋਰਚਾ ਚਾਲੂ ਕਰਾਇਆ ਸੀ ਲੜਾਈ ਸ਼ੁਰੂ ਕਰੀ ਸੀ ਪਿੰਡਾਂ ਦੇ ਵਿੱਚ ਮੋਰਚੇ ਲਾਈ ਦੀ ਅਸੀਂ ਸਾਡੇ ਸਟੇਜਾਂ ਤੋਂ ਇਸ ਕਰਕੇ ਨਹੀਂ ਬੋਲਣ ਦਿੰਦੇ ਸੀ ਵੀ ਉਹਨਾਂ ਦੇ ਵਿੱਚ ਆ ਕੇ ਸਿਆਸੀ ਬੰਦੇ ਸਟੇਜਾਂ 'ਤੇ ਬੋਲਦੇ ਨੇ ਉਹ ਵੋਟਾਂ ਪੱਕੀਆਂ ਕਰਦੇ ਸੀ ਸਾਨੂੰ ਉਦੋਂ ਦੇਖ ਰਿਹਾ ਜਿਵੇਂ ਉਹ ਵੋਟਾਂ ਦੀ ਨੀਤੀ ਪੱਕੀ ਕਰਦੇ ਨੇ ਸਾਨੂੰ ਪਹਿਲਾਂ ਇਸ ਗੱਲ ਦਾ ਪਤਾ ਸੀ ਵੀ ਉਹ ਜਾਣਗੇ ਉਹ ਭੱਜਣਗੇ ਸਾਰੇ ਇਸ ਗੱਲ ਦਾ ਜਰੂਰ ਪਤਾ ਹੀ ਉਹ ਉਹਨਾਂ ਦੀ ਸੋਚ ਹੈ ਇੱਧਰ ਵੱਡੀ ਉਹਨਾਂ ਦੀ ਮੰਨਤ ਤਾਂ ਹੁੰਦੀ ਸੀ ਕਿ ਉੱਧਰ ਹੋਊਗੀ ਉਹ ਉਹਨਾਂ ਨੇ ਬੰਨਣਾ ਉਹਨਾਂ ਨੇ ਦੇਖਣਾ ਵੋਟਾਂ ਵਾਲੇ ਪਾਸੇ ਵਗ ਤਾ ਗਏ ਉਹ ਆਉਣ ਵਾਲੇ ਟਾਈਮ ਦੇ ਵਿੱਚ ਦੇਖਣਗੇ ਉਹ ਲੋਕਾਂ ਨੇ ਦੇਖਣਾ ਕਿਸਾਨਾਂ ਨੇ ਮਜ਼ਦੂਰਾਂ ਨੇ ਦੇਖਣਾ ਨੌਜਵਾਨਾਂ ਨੇ ਦੇਖਣਾ ਵੀ ਲਾਹੇਵੰਦ ਹੋਣਗੇ ਉਸ ਉਸ ਬੋਲੀ ਬੋਲਣਗੇ ਉਹ ਤਾਂ ਬਾਹਰਲੀ ਕੰਪਨੀਆਂ ਦੀ ਬੋਲੀ ਬੋਲਣਗੇ ਨਾ ਉਹ ਪਿੰਡ ਦਾ ਆਪਾਂ ਸਰਪੰਚ ਹੋਵੇ ਜਿਹੜੀ ਸਰਕਾਰ ਹੁੰਦੀ ਹੈ ਉਸੇ ਦੇ ਪੱਖ 'ਚ ਭੁਗਤਦਾ ਹੁੰਦਾ ਉਹ ਉਹਨਾਂ ਨੇ ਵੀ ਫਿਰ ਵੋਟਾਂ ਲਾਇਕੀ ਤਾਂ ਫਿਰ ਉਹ ਬਾਹਰ ਲੰਦੀ ਦਾਨੀ ਬਾਨੀ ਹੋਰਾਂ ਦੀ ਪੱਖਤ ਭੁਗਤਣਗੇ ਉਹ ਸਾਨਾ ਮਜ਼ਦੂਰਾਂ ਦੀ ਗੱਲ ਤਾਂ ਮੈਨੂੰ ਤਾਂ ਲੱਗਦੀ ਨਹੀਂ ਕਰਨਗੇ ਉਹ ਫਿਰ ਉਹਨੇ ਸੋਚ ਦੇਖੋ ਕਿ ਕੀ ਕਹਿੰਦੀ ਹੈ ਹਰਪਾਲ ਸਿੰਘ ਜੀ ਕਿੰਨੇ ਕਿੱਲੇ ਜ਼ਮੀਨ ਹੈ ਜਿਹੜੀ ਤੁਸੀਂ ਉਹ ਕੰਪਨੀ ਨੂੰ ਨਹੀਂ ਦਿੱਤੀ ਉਹ ਹੈਗੀ ਹੈ ਜੀ 11 ਕਿੱਲੇ 11 ਕਿੱਲੇ ਲੈ ਕੋ 12 ਕਿੱਲਾਂ ਦੇ ਵਿੱਚੋਂ ਇੱਕ ਕਿੱਲਾ ਸਾਡਾ ਹਲੇ ਕੰਪਨੀ ਦੇ ਨਾਂ ਖੜਾ ਹੈ 11 ਕਿੱਲੇ ਸਾਡੇ ਨਾਂ ਕਰਤੇ ਦੁਆਰੇ ਜਿਹੜਾ ਕਿੱਲਾ ਨਾਂ ਖੜਾਗਾ ਕੰਪਨੀ ਦੇ ਉਸ ਨਾਂ ਕਰਾਉਣ ਨੂੰ ਲੈ ਕੇ ਤੁਸੀਂ ਕਿਸੇ ਨੂੰ ਮਿਲਿਓ ਅਸੀਂ ਤਾਂ ਡੀਸੀ ਸਾਹਿਬ ਨੂੰ ਐਸਡੀਐਮ ਸਾਹਿਬ ਨੂੰ ਇੱਕ ਵਾਰ ਨਹੀਂ ਬਹੁਤ ਵਾਰ ਮਿਲ ਚੁੱਕੀ ਵੀ ਸਾਡਾ ਇਹ ਸਾਡੇ ਨਾਲ ਹੋਣਾ ਚਾਹੀਦਾ ਅਸੀਂ ਤੇ ਲੋਨ ਲਈਏ ਕੁਛ ਕਰੀਏ ਸਾਡੀ ਜ਼ਮੀਨ ਬਾਹਰ ਪਈ ਹੈ ਤੁਹਾਡੀ ਫਸਲવાડી ਦਾ ਕੀ ਹਾਲਚਾਰ ਹੈ ਜਾਂ ਕੀ ਸਮੱਸਿਆ ਮਾਰੀ ਫਸਲવાડી ਦਾ ਹਾਲ ਤੁਸੀਂ ਦੇਖ ਰਹੇ ਹੋ ਸਮਾਰ ਕੇ ਚੰਗੀ ਤਰ੍ਹਾਂ ਆਦਬ ਨਹੀਂ ਪੱਲੇ ਪੈਂਦਾ ਸਾਡੇ 24 ਘੰਟੇ ਬੰਦਾ ਖੜਾ ਰਹੂਗਾ ਤਾਂ ਵੀ ਨਹੀਂ ਪੂਰੀ ਫਸਲ ਹੁੰਦੀ ਐਡਾ ਵੱਡਾ ਨੁਕਸਾਨ ਹੈ ਸਾਡਾ ਇੱਥੇ ਪਸ਼ੂਆਂ ਦਾ ਸਾਹ ਹਰੇਕ ਤਰ੍ਹਾਂ ਦਾ ਨੁਕਸਾਨ ਹੁੰਦਾ ਜੀ ਤੁਹਾਡੇ ਗਵਿੰਦਪੁਰੇ ਨੂੰ ਪੂਰਾ ਮਾਨਸਾ ਨਹੀਂ ਪੂਰਾ ਪੰਜਾਬ ਜਾਣਦਾ ਕਿ ਗਵਿੰਦਪੁਰੇ ਦੇ ਵਿੱਚ ਜਮੀਨਾ ਕਬੈਰ ਹੋਗੀਆਂ ਸੀ ਇਹਦੇ ਥਰਮਲ ਪਲਾਟ ਬਣਨਾ ਸੀ ਠੀਕ ਹੈ ਪਰ ਜਿਹੜੀਆਂ ਹੁਣ ਚੋਣਾ ਸਿਰ ਤੇ ਆ ਗਈਆਂ ਤੇ ਹੁਣ ਤੁਹਾਡੇ ਪਿੰਡ ਕੋਲੇ ਲੱਗਦਾ ਇਹ ਮੌਕਾ ਹੈ ਇਹਨਾਂ ਲੋਕਾਂ ਨੂੰ ਪੁੱਛੋ ਜਾ ਕੇ ਇਹਨਾਂ ਲੋਕਾਂ ਤੋਂ ਸਵਾਲ ਕਰੋ ਜਾਂ ਇਹਨਾਂ ਲੋਕਾਂ ਤੋਂ ਤੁਸੀਂ ਮੰਗ ਕਰੋ ਜਾ ਕੇ ਸਵਾਲ ਕਰਦੇ ਆ ਜਦੋਂ ਸਾਡੇ ਕੋਈ ਵੀ ਪਿੰਡ ਚ ਲੀਡਰ ਆਉਂਦੇ ਕੋਈ ਸੁੱਕਾ ਨਹੀਂ ਜਾਣ ਦਿੱਤਾ ਕਿ ਅਸਲ ਤਾਂ ਬੜਦਾ ਹੀ ਨਹੀਂ ਉਹਨਾਂ ਨੂੰ ਪਹਿਲਾਂ ਸੋਚ ਹੁੰਦੀ ਹੈ ਸਰਕਾਰ ਨੂੰ ਜੇ ਕਿਸੇ ਮੰਤਰੀ ਨੂੰ ਭੇਜ ਲੈਣ ਉਹ ਪਹਿਲਾਂ ਇੱਥੇ ਫੋਰਸ ਭੇਜਦੇ ਨੇ ਗਵਿੰਦਪੁਰੇ ਦਾ 2 ਕਿਲੋਮੀਟਰ ਏਰੀਆ ਫੋਰਸ ਲਾਈ ਹੋਊਗੀ ਪੱਕੀ ਫੇਰ ਉਹਨੂੰ ਲੰਗਣ ਦਿੰਦੇ ਨੇ ਇੱਥੋਂ ਦੀ ਗੁੰੰਦਾ ਕੋਈ ਵੀ ਨਹੀਂ ਲੰਗਦਾ ਆਕੇ ਹੁਣ ਜੇ ਤੁਹਾਡੀ ਸਵਾਲ ਨੇ ਹੁੰਦੇ ਨੇ ਸਾਡੇ ਜਿਹੜੇ ਇਹ ਸਵਾਲ ਈ ਹੀ ਹੁੰਦੇ ਨੇ ਸਾਡੇ ਵੀ ਆ ਤੁਸੀਂ ਆਹ ਸਾਡੇ ਵਾਸਤੇ ਅਕ ਲਾਇਆ ਜਿਹੜਾ ਇਹਨੂੰ ਕਦੋਂ ਪਟੋਗੇ ਜੇ ਇਸ ਸਮੱਸਿਆ ਦਾ ਹੱਲ ਨਹੀਂ ਹੁੰਦਾ ਫੇਰ ਜਥੇਬੰਦੀ ਤੌਰ ਤੇ ਤਾਂ ਤੁਸੀਂ ਨਗਰ ਪਦਰ ਤੇ ਕੀ ਸੋਚਦੇ ਹੋ ਨਗਰਪਦਰ ਤੇ ਤਾਂ ਇਹੀ ਸੋਚਦੇ ਆ ਵੀ ਸਾਡਾ ਤਾਂ ਇਹੀ ਆ ਅਸੀਂ ਆ ਜਮੀਨ ਕੰਪਨੀ ਦੇ ਨਾਂ ਨਹੀਂ ਛੱਡਣੀ ਸਾਡਾ ਜੋੜ ਜੁੜ ਗਿਆ ਜਦੋਂ ਪਿੰਡ ਦਾ ਏਕਾ ਵੱਜ ਗਿਆ ਦੁਬਾਰੇ ਪੰਜਾਬ ਦਾ ਤਾਂ ਹੈਗਾ ਹੀ ਆ ਨਾਲ ਸਮਰਥਨ ਸਾਡੇ ਤੁਸੀਂ ਸਾਰੀ ਜ਼ਮੀਨ ਦੀ ਗੱਲ ਕਰ ਰਹੇ ਹੋ ਜਿਨ੍ਹਾਂ ਨੇ ਜ਼ਮੀਨ ਦੇ ਚੁੱਕੇ ਨੇ ਦੇ ਚੁੱਕੇ ਨੇ ਉਹ ਨੁਕਸਾਨ ਤਾਂ ਉਹਨਾਂ ਦਾ ਵੀ ਹੋ Đ ਹੈ ਜਿਹੜੀ ਬਾਹਰ ਪਈ ਹੈ ਥੋੜੀ ਥੋੜੀ ਜ਼ਮੀਨ ਉਹ ਕਿਹੜਾ ਦਾਣੇ ਕਰ ਲੈਂਦੇ ਨੇ ਸਾਡੇ ਆ ਜਿਹੜੇ ਚਾਰਜ ਬਰੇਡਾ ਹੁੰਦੇ ਹੁੰਦਾ ਸਾਡੇ ਪਿੰਡ ਦਾ ਬਿਲਕੁਲ ਹੀ ਨੁਸਾਨ ਹੈ ਉਹ ਪਰਿਵਾਰ ਖੁਦ ਚਾਹੁੰਦੇ ਨੇ ਵੀ ਅਸੀਂ ਦਬਾਅਸ ਲਵਾਂਗੇ ਆਉਣਗੇ ਨਾਲ ਖੜਨ ਦੇ ਨਾਲ ਉਹ ਤੁਸੀਂ ਦੇਖੇ ਹੋਣਾ ਪਿੰਡ ਚ ਕਈ ਇਹ ਤੇ ਬੋਲਣ ਤੋਂ ਵੀ ਡਰਦੇ ਨੇ ਉਹ ਮਤਲਬ ਕਿ ਉਹਨੇ ਲਾਮਬੰਦ ਨਹੀਂ ਹੋਏ ਬਾਕੀ ਜਦੋਂ ਲੋਕ ਜੁੜਦੇ ਨੇ ਤਾਂ ਇਹ ਤਾਂ ਹੁਣ ਆਧਾਰ ਨਹੀਂ ਆ ਕੋਈ ਦੱਸਣ ਦੀ ਲੋੜ ਨਹੀਂ ਅਸੀਂ ਤਾਂ 2011 ਚ ਵੇਖ ਲਿਆ ਸੀ ਵੀ ਜਦੋਂ ਲੋਕ ਜੁੜਦੇ ਆ ਤਾਂ ਜ਼ਮੀਨਾਂ ਬਚ ਰਹਿndੀਆਂ ਨੇ ਜਿਵੇਂ ਹੁਣ ਲੋਕ ਜੁੜੇ ਸੀ ਤਾਂ ਕਾਨੂੰਨ ਵੀ ਵਾਪਸ ਹੋਏ ਨੇ ਜਿੱਦੇ ਲੋਕ ਜੁੜ ਪਏ ਤਾਂ ਇਹ ਵੀ ਵਾਹ ਲਾਂਗੇ ਭਰਪੁਰ ਸਿੰਘ ਜੀ ਕਿੰਨੀ ਜ਼ਮੀਨਾਂ ਤੁਹਾਡੀ ਕੀ ਕਹਿਣਾ ਚਾਹੁੰਦੇ ਹੋ ਇਹ ਸਾਰੀ ਸਮੱਸਿਆਵਾਂ ਤੁਸੀਂ ਵੀ ਚੂਜ ਰਹੇ ਹੋਵੋਗੇ ਹਾਂਜੀ ਮੇਰੇ 5 ਏਕੜਾ ਜ਼ਮੀਨ ਥਰਮਲ ਦੇ ਵਿਚਾਰੇ ਪਈ ਹੈ ਜੀ ਇਹਦੀ ਫਸਲ ਦਾਜ ਨਹੀਂ ਹੁੰਦੀ ਹੁਣ ਵੀ 100 100 ਪਸ਼ੂ ਗਾਂਆਂ ਵਿੱਚ ਰਹੇ ਨਹੀਂ ਹਰ ਵਕਤ ਬਹੁਤ ਜਿਆਦਾ ਨੁਕਸਾਨ ਹੋ ਰਿਹਾ ਤੁਸੀਂ ਕਦੇ ਨਿੱਜੀ ਤੌਰ ਤੇ ਕਿਸੇ ਨੂੰ ਮਿਲਿਓ ਜਾ ਕੇ ਮਿਲੇ ਤੇ ਰੈਂਕ ਕੋਰਟ ਜੀ ਵੀ ਅਸੀਂ ਕੇਸ ਲਾਏ ਹੋਏ ਨੇ ਪਿਛੀਆਂ ਪਈ ਜਾਂਦੀਆਂ ਨੇ ਹੁਣ ਦੇਖੋ ਕੀ ਬਣ ਰਿਹਾ ਹੈ ਦੁਆ ਕਿਸੇ ਲੀਡਰ ਨੇ ਆ ਕੇ ਤੁਹਾਨੂੰ ਥਾਪੀ ਇਤੀ ਆਈ ਭਾਈ ਤੁਹਾਡਾ ਮਸਲਾ ਹੱਲ ਕਰਾਂਗੇ ਅਸੀਂ ਨਾ ਲੀਡਰ ਨੇ ਸਾਨੂੰ ਕਿਸੇ ਨੇ ਥਾਪੀ ਨਹੀਂ ਅਸੀਂ ਤਾਂ ਆਪਦੀ ਜੂਨੀਅਰ ਲੈਵਲ ਦੀ ਲੜ ਰਹੇ ਹਾਂ ਮਨਜੀਤ ਸਿੰਘ ਜੀ ਤੁਹਾਡੀ ਕੀ ਸਮੱਸਿਆ ਹੈ ਇੱਥੇ ਸਾਡੀ ਸਮੱਸਿਆ ਇਹ ਹੈ ਜੀ ਆ ਵੇਖੋ ਕੰਪਨੀ ਨੇ ਸਾਡੇ ਅੱਗੇ 10 ਕਨਾਲਾਂ ਪਈਆਂ ਨੇ ਵਿਚਾਲੇ ਖਾਲ ਢਾਤੇ ਤੇ ਸਾਡੇ ਪੰਨੀ ਨਹੀਂ ਜਾਂਦਾ ਜਾਨੀ ਕਿ ਵੀ ਉਹ ਨੁਕਸਾਨ ਹੋਣ ਲੱਗ ਰਿਹਾ ਫਸਲ ਨਹੀਂ ਹੁੰਦੀ ਨਹੀਂ ਬਾਹ ਸੀਕ ਸਕਦੇ ਨਹੀਂ ਕਿਉਂ ਅਜਾੜ ਦੇ ਸਾਡੇ ਵਿਚਾਲੇ ਐ ਇੱਥੋਂ 10 ਕਿੱਲੇ ਅੱਗੇ ਡੀ ਨੋਟੀਫਾਈਡ ਕਰਿਆ ਹੋਣਾ ਤੁਹਾਨੂੰ ਇਸ ਗੱਲ ਦਾ ਪਹਿਲਾਂ ਪਤਾ ਨਹੀਂ ਸੀ ਵੀ ਇੱਧਰ ਜ਼ਮੀਨ ਆਇਆ ਹੁ ਖਾਲ ਬੰਦ ਹੋਣਗੇ ਜਾਂ ਇਹ ਸਮੱਸਿਆ ਦਾ ਪਹਿਲਾਂ ਪਤਾ ਨਹੀਂ ਸੀ ਵੀ ਇਹ ਪੰਗਾ ਪਊ ਆਪਣਾ ਖਾਲ ਉਵੇਂ ਹੀ ਰਹਿਣਗੇ ਇਹ ਕਿਹਾ ਗਿਆ ਸਾਡੇ ਲਿਖਤੇ ਹੀ ਰੂਪ ਵੀ ਸਾਡੇ ਲਵੇ ਆ ਵੀ ਖਾਲੋ ਮੇ ਰਹਿਣਗੇ ਆ ਕੇ ਢਾ ਕੇ ਉਦੋਂ ਪੁਲਿਸ ਦਾ ਵੱਡੀਆਂ ਢਾੜਾਂ ਲੱਗੀਆਂ ਹੋਈਆਂ ਸੀਗੀਆਂ ਉਸ ਕਰਕੇ ਉਦੋਂ ਆਪਦੀ ਜ਼ਬਰਦਸਤੀ ਵਿੱਚ ਉਹਨਾਂ ਨੇ ਖਾਲ ਢਾ ਵੀ ਦਿੱਤੇ ਇਹੀ ਸਭੀ ਹੋਇਆ ਤੁਸ ਤੁਹਾਡੀ ਤਾਂ ਖਾਲ ਦੀ ਸਮੱਸਿਆ ਹੈ ਕੰਪਨੀ ਨੂੰ ਮਿਲੇ ਹੋ ਜਾਂ ਕਿਸੇ ਅਫਸਰ ਸਾਹੀ ਨੂੰ ਮਿਲੇ ਕਿਸੇ ਮਹਿਕਮੇ 'ਚ ਕਿਸੇ ਐਮਐਲ ਐਮਪੀ ਤੱਕ ਪਹੁੰਚ ਕੀਤੀ ਹੈ ਕਦੇ ਮਿਲਦੇ ਆਈ ਐਸਡੀਐਮ ਨੂੰ ਡੀਸੀ ਸਾਹਿਬ ਨੂੰ ਉਹ ਕਹਿੰਦੇ ਕੋਈ ਨਹੀਂ ਕਰਾ ਦੇਾਂਗੇ ਕਰਨਾ ਕੀ ਹੈ ਜੀ ਵਿਚਾਲੇ ਹੁਣ ਉਧਰੋਂ ਪਸ਼ੂ ਅਵਾਰਾ ਤੇ ਰਹਿੰਦੇ ਖੁੰਦੇ ਜੀ ਸਾਤ ਵੀ ਦੇਖ ਹੀ ਲੱਤਾ ਚੂਹੇ ਖਾ ਜਾਂਦੇ ਨੇ ਜੇ ਫਸਲ ਬੀਜਦੇ ਨੇ ਸਾਡਾ ਤਾਂ ਬਾਹ ਨਹੀਂ ਵਿਹਲਾ ਪਿਆ ਜਦੋਂ ਅਸੀਂ ਗੋਵਿੰਦਪੁਰਾ ਦੀ ਗੱਲ ਆਲੇ ਦੁਆਲੇ ਲੋਕਾਂ ਪਿੰਡ ਤੋਂ ਬਾਹਰ ਕਰਦੇ ਆ ਤਾਂ ਬਹੁਤ ਲੋਕਾਂ ਨੂੰ ਲੱਗਦਾ ਕਿ ਇੱਥੋਂ ਦੇ ਲੋਕ ਤਾਂ ਬਹੁਤ ਖੁਸ਼ ਨੇ ਇੱਥੋਂ ਦੇ ਲੋਕਾਂ ਦੀ ਜਮੀਨਾਂ ਸਰਕਾਰ ਨੇ ਇਕਬਾਹਰ ਕਰ ਲਈਆਂ ਨੇ ਇੱਥੋਂ ਦੇ ਲੋਕ ਤਾਂ ਨਜ਼ਾਰੇ ਲੈ ਗਏ ਪਰ ਪਿੰਡ ਦੇ ਲੋਕਾਂ ਦਾ ਦਰਦ ਪਿੰਡ ਦੇ ਲੋਕ ਚੀਸ ਹੰਡਾਰੇ ਨੇ ਪਿੰਡ ਦੇ ਲੋਕ ਬਿਲਕ ਰਹੇ ਨੇ ਇੱਥੋਂ ਦੇ ਲੋਕਾਂ ਤਾਂ ਇਹ ਵੀ ਕਹਿਣਾ ਕਿ ਜਿਨ੍ਹਾਂ ਨੇ ਦੇਤੀਆਂ ਉਹ ਵੀ ਪਸਤਾ ਰਹੇ ਨੇ ਤੇ ਜਿਨ੍ਹਾਂ ਨੇ ਦਿੱਤੀਆਂ ਨਹੀਂ ਉਹ ਬਦ ਪਸਤਾ ਹੀ ਰਹੇ ਨੇ ਇੱਥੋਂ ਦੇ ਲੋਕਾਂ ਨੇ ਜਿਨ੍ਹਾਂ ਨੇ ਆਪਣੇ ਜ਼ਮੀਨਾਂ ਬਚਾਈਆਂ ਸੀ ਸੰਘਰਸ਼ ਦੇ ਜ਼ਰੀਏ ਉਹ ਲੋਕ ਪਿੱਟ ਰਹੇ ਨੇ ਕਿ ਸਾਡੀ ਜ਼ਮੀਨਾਂ ਦੀ ਸੁਰੱਖਿਆ ਕੀਤੀ ਜਾਵੇ ਸਾਡੇ ਆਲੇ ਦੁਆਲੇ ਕੰਧ ਕੱਢੀ ਜਾਵੇ ਸਾਡੀਆਂ ਫਸਲਾਂ ਬਚਾਈਆਂ ਜਾਣ ਦੇਖਣਾ ਹੋਵੇਗਾ ਕਿਸ ਸਮੇਂ ਦੀ ਸਰਕਾਰ ਚੋਣਾਂ ਜਾਤ ਤੋਂ ਪਹਿਲਾਂ ਇਹਨਾਂ ਲੋਕਾਂ ਦੀ ਸਮੱਸਿਆ ਦਾ ਹੱਲ ਕਰਦੀ ਹੈ ਕਿ ਨਹੀਂ ਕਰਦੀ ਹੈ ਤੇ ਇਥੋਂ ਦੇ ਅੱਕੇ ਹੋਏ ਲੋਕ ਇਹਨਾਂ ਨੂੰ ਲੀਡਰਾਂ ਨੂੰ ਕੇਰਨ ਦੀ ਤਿਆਰੀ ਕਰੀ ਬੈਠੇ ਨੇ ਸੋ ਬਣੇ ਰਹੋ ਸਰਲੇਖ ਦੇ ਨਾਲ